ਉਹਨਾਂ ਨੂੰ ਅੱਗੇ ਕਰੋ ਨਾ ਤੁਸੀਂ ਸਰ, ਤੁਸੀਂ ਉਹਨਾਂ ਨੂੰ ਸੈਂਟਰ 'ਚ ਕਰੋ, ਤੁਸੀਂ ਔਰਗਨਾਈਜ਼ ਕ੍ਰਾਈਮ, ਉਹਦੇ ਬੜੀ ਵੱਡੀ ਸਫਲਤਾ ਮਿਲੀ ਹੈ ਸਾਨੂੰ। ਮਿਸ਼ਨ ਪੁਲਿਸ ਅੰਮ੍ਰਿਤਸਰ ਨੇ 6 ਅਕਿਊਜ਼ਡ ਫੜੇ ਹੈ ਔਰ 10 ਸਫਿਸਟੀਕੇਟਡ ਵੈਪਨ ਫੜੇ ਗਏ ਹੈ, ਜਿਹ 'ਚ 3 ਗਲੋਕ ਨੇ ਆਸਟਰੀਅਨ ਮੇਡ 9 mm ਦੇ, ਅਤੇ ਬਾਕੀ 0.32 ਬੋਰ ਦੇ ਬੜੇ ਸਫਿਸਟੀਕੇਟਡ ਵੈਪਨ ਨੇ ਅਤੇ 17 ਦੇ ਕਰੀਬ ਕਾਰਟ੍ਰਿਜਿਸ ਨੇ। ਜਿਹੜੇ ਮੁਲਜ਼ਮ ਨੇ, ਇਹ ਸਾਰਾ ਜਿਹੜਾ ਪ੍ਰਿਲਿਮਨਰੀ ਇਨਵੈਸਟੀਗੇਸ਼ਨ 'ਚ ਗੱਲ ਪਤਾ ਲੱਗੀ ਹੈ ਕਿ ਇਹ ਕ੍ਰੋਸ ਬਾਰਡਰ ਪੁਸ਼ ਹੋਈ ਹੈ ਕੰਸਾਈਨਮੈਂਟ, ਔਰ ਬਟਾਲਾ ਏਰੀਏ ਦੇ ਰਹਿਣ ਵਾਲੇ ਨੇ ਜਿਹੜੇ ਮੇਨ 2 ਮੁਲਜ਼ਮ ਨੇ, ਜਿਨ੍ਹਾਂ ਤੋਂ ਮੇਨ ਜਿਹੜੀ ਅਕਰੋਸ ਬਾਰਡਰ ਕੰਸਾਈਨਮੈਂਟ ਦੀ ਬਰਾਮਦਗੀ ਹੋਈ ਹੈ। ਉਹਦੇ 'ਚ ਅੰਮ੍ਰਿਤਪਾਲ ਸਿੰਘ ਹੈ, ਸਨ ਆਫ ਸੁਰਿੰਦਰ ਸਿੰਘ, ਇਹ ਸ਼ੇਰਪੁਰ ਦਾ ਸ਼ੇਖਵਾਂ ਥਾਣਾ ਹੈਗਾ, ਡਿਸਟ੍ਰਿਕਟ ਬਟਾਲਾ ਪੁਲਿਸ ਡਿਸਟ੍ਰਿਕਟ ਜਿਹੜਾ। ਦੂਜਾ ਪ੍ਰਭਦੀਪ ਏਲੀਅਸ ਹਰਮਨ ਹੈ, ਇਹ ਸੁਮਰਾਏ ਪਿੰਡ ਹੈ ਸਦਰ ਬਟਾਲਾ ਦੇ ਵਿੱਚ, ਉੱਥੋਂ ਦਾ ਰਹਿਣ ਵਾਲਾ ਹੈ। ਜਿਹੜਾ ਅੰਮ੍ਰਿਤਪਾਲ ਹੈ, ਇਹਨੇ ਇਲੈਕਸ਼ਨ ਵੀ ਲੜੀ ਸੀ ਸਰਪੰਚੀ ਦੀ। ਇਹਨਾਂ ਦਾ ਜਿਹੜਾ ਦੂਜਾ ਕੰਟੈਕਟਸ ਨੇ ਜਿਹੜੇ ਅੰਮ੍ਰਿਤਸਰ ਬੇਸਡ ਨੇ, ਉਹਦੇ 'ਚ ਵਿਨੋਦ ਕੁਮਾਰ ਏਲੀਅਸ ਰੰਗੀਲਾ ਹੈਗਾ, ਇਹ ਰੀਸੈਂਟਲੀ ਬੇਲ 'ਤੇ ਆਇਆ, ਇਹਦੇ ਖਿਲਾਫ਼ 19 ਕੇਸਿਸ ਨੇ, ਰੋਬਰੀ, ਸਨੈਚਿੰਗ, ਡਕੋਇਟੀ ਆਰਮਸ ਐਕਟ ਅਤੇ ਅਟੈਂਪਟ ਟੂ ਮਰਡਰ ਵਗੈਰਾ ਦੇ। ਔਰ ਜਿਹੜਾ ਇੱਕ ਇਹਦੇ 'ਚ ਜਿਹੜੀ ਸਾਨੂੰ ਗੱਲ ਸਾਹਮਣੇ ਆਈ ਹੈ ਕਿ ਬਾਹਰ ਇੱਕ ਫੋਰਨ ਬੇਸ ਹੈਂਡਲਰ ਹੈ ਜਿਹਦੇ ਕਿ ਪਾਕਿਸਤਾਨ ਦੇ ਵਿੱਚ ਲਿੰਕ ਨੇ, ਉਹ ਇਹ ਬੰਦਿਆਂ ਨੂੰ ਤਿਆਰ ਕਰਕੇ ਅਤੇ ਉੱਧਰੋਂ ਇਹਨਾਂ ਨੂੰ ਵਾਰ ਵਾਰ ਕੰਸਾਈਨਮੈਂਟਸ ਜਿਹੜੀਆਂ ਪੁਸ਼ ਕਰ ਰਿਹਾ, ਅਤੇ ਉਸ ਤੋਂ ਬਾਅਦ ਜਿਹੜਾ ਇੱਥੇ ਔਰਗਨਾਈਜ਼ ਕ੍ਰਾਈਮ ਦੇ ਵਿੱਚ ਵੈਪਨਸ ਵਰਤਣ ਵਾਸਤੇ ਦਿੱਤੇ ਜਾ ਰਹੇ ਨੇ। ਇਹਦੇ 'ਚ ਇੱਕ ਮੇਨ ਬੰਦਾ ਜਿਹੜਾ ਫੰਡ ਵਾਲਾ ਹੁਣ ਰਹਿੰਦਾ, ਇੱਕ ਹੈਗਾ ਕਰਨਵੀਰ ਮੀਰਾਂਕੋਟ ਦਾ, ਉਹਦੇ ਖਿਲਾਫ਼ ਵੀ ਪਹਿਲਾਂ NDPS ਐਕਟ ਦੇ STF ਵੱਲੋਂ ਅਤੇ ਆਰਮਸ ਦੇ ਖੰਨੇ ਦੇ ਵਿੱਚ ਵੀ ਪਰਚੇ ਦਰਜ ਨੇ। ਉਹ ਅੰਮ੍ਰਿਤਸਰ ਰੂਰਲ ਮੀਰਾਂਕੋਟ ਦਾ ਰਹਿਣ ਵਾਲਾ, ਉਹਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਊਗਾ। ਔਰ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਇਹਨੂੰ ਬੜੀ ਅੱਛੀ ਕਾਮਯਾਬੀ ਸਾਨੂੰ ਮਿਲੀ ਹੈ, ਸਾਡੇ DCP ਮਿਸਟਰ ਆਲਮ ਵਿਜੇ ਜੀ, ਨਵਜੋਤ ਸਾਡੇ DCP ਇਨਵੈਸਟੀਗੇਸ਼ਨ, ਔਰ ਅਮੋਲਕ ਦੀਪ ਸਾਡੇ ਜਿਹੜੇ ਇੰਸਪੈਕਟਰ CIA ਅਤੇ ਉਹਨਾਂ ਦੀ ਟੀਮ ਨੇ, ਔਰ ਬੜਾ ਅੱਛੀ ਰਿਕਵਰੀ ਕੀਤੀ ਹੈ ਕਿਉਂਕਿ 10 ਸਫਿਸਟੀਕੇਟਡ ਵੈਪਨ ਔਰ ਜਿਹਦੇ 'ਚ ਆਸਟਰੀਅਨ ਮੇਡ ਅਤੇ ਪਾਕਿਸਤਾਨ ਤੋਂ ਪੁਸ਼ ਹੋਈਆਂ ਚੀਜ਼ਾਂ ਨੇ। ਸੋ ਉਹਦੇ 'ਚ ਮੈਂ ਸਮਝਦਾ ਕਿ ਇਹਦੇ ਨਾਲ ਸਾਡੇ ਏਰੀਏ ਦੇ ਵਿੱਚ ਸਪੈਸ਼ਲੀ ਜਿਹੜਾ ਬਾਰਡਰ ਏਰੀਆ ਸਾਰਾ, ਉਹਦੇ 'ਚ ਕਾਫ਼ੀ ਇਹਨੂੰ ਇੰਪੈਕਟ ਪਏਗਾ ਔਰ ਚੰਗਾ ਉਹਨਾਂ ਦਾ ਬਸਟ ਹੋਇਆ ਸਾਰਾ ਇਹ ਨੈਟਵਰਕ।